ਸਤਿ ਸ਼੍ਰੀ ਅਕਾਲ ਕਿਸਾਨ ਸਾਥੀਓ, ਮੈਂ ਹਾਂ ਤੁਹਾਡਾ ਦੋਸਤ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ। ਦੋਸਤੋ, ਕੱਲ੍ਹ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਜਿਹਦੇ ਵਿੱਚ ਗੱਲ ਕੀਤੀ ਗਈ ਸੀ ਕਿ ਜੋ ਵੀਰ ਠੇਕੇ 'ਤੇ ਜ਼ਮੀਨ ਲੈਂਦੇ ਆ ਉਹਨਾਂ ਦੇ ਪੱਲੇ ਕੀ ਪੈਂਦਾ ਅਤੇ ਕੀ ਨਹੀਂ ਪੈਂਦਾ। ਅਤੇ ਅੱਜ ਇਹ ਜਿਹੜੀ ਵੀਡੀਓ ਹੈਗੀ ਹੈ ਇਹ ਉਸੇ ਦਾ ਹੀ ਇੱਕ ਪਾਰਟ ਸਮਝਿਆ ਜਾਵੇ ਜਿਹਦੇ ਵਿੱਚ ਮੈਂ ਪ੍ਰਾਈਸ ਪੋਲਿਸੀ ਫੋਰ ਰਬੀ ਕਰੋਪਸ 2019-20 ਦਾ ਰੈਫਰੈਂਸ ਲੈ ਕੇ ਤੁਹਾਡੇ ਨਾਲ ਗੱਲ ਕਰਾਂਗਾ। ਕਿਸਾਨ ਦੀ ਫਸਲ ਦਾ ਰੇਟ ਕਿਵੇਂ ਨਿਰਧਾਰਿਤ ਹੁੰਦਾ, ਸਵਾਮੀਨਾਥਨ ਰਿਪੋਰਟ ਦਾ ਇੱਕ ਜ਼ਰੂਰੀ ਭਾਗ ਜਿਹੜਾ ਕਿਸਾਨ ਨੂੰ ਨਹੀਂ ਮਿਲਿਆ, ਅਤੇ ਕਿਸਾਨ ਦੇ ਜੋ ਖਰਚੇ ਹੈਗੇ ਭਾਰਤ ਸਰਕਾਰ ਉਹਦੇ ਅਨੁਸਾਰ ਕੀ ਕਹਿੰਦੀ ਹੈ। ਇਹ ਮੈਨੂੰ ਇਸ ਲਈ ਅਪਲੋਡ ਕਰਨਾ ਪਿਆ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਕੁਝ ਕਿਸਾਨ ਵੀਰੇ ਕਹਿ ਰਹੇ ਸੀ ਕਿ ਖਰਚੇ ਜ਼ਿਆਦਾ ਗਿਣਾਏ ਗਏ ਹੈ, ਇੰਨੇ ਖਰਚੇ ਨਹੀਂ ਹੁੰਦੇ, ਕਿਉਂਕਿ ਕਿਸਾਨ ਟੈਕਨੀਕਲ ਤਰੀਕੇ ਦੇ ਨਾਲ ਉਹ ਖਰਚੇ ਕਾਊਂਟ ਹੀ ਨਹੀਂ ਕਰਦਾ। ਖਰਚੇ ਹੁੰਦੇ ਹੈ ਪਰੰਤੂ ਕਿਸਾਨ ਦੁਆਰਾ ਕਾਊਂਟ ਨਹੀਂ ਕੀਤੇ ਜਾਂਦੇ। ਜੇਕਰ ਆਪਾਂ ਇਸ ਚੀਜ਼ ਨੂੰ ਦੇਖੀਏ ਤਾਂ ਇਹ ਜੋ 2019-20 ਦੀ ਪੋਲਿਸੀ ਹੈ ਇਹਦਾ ਮਤਲਬ ਕਿ ਪਿਛਲੇ ਸਾਲ ਦੀ ਪੋਲਿਸੀ ਹੈ। ਜਿਹੜੀ ਫਸਲ ਤੁਸੀਂ ਅਪ੍ਰੈਲ ਦੇ ਵਿੱਚ ਵੇਚ ਚੁੱਕੇ ਹੋ ਉਸ ਦੇ ਰੇਟ ਕਿਵੇਂ ਨਿਰਧਾਰਿਤ ਕੀਤੇ ਗਏ ਸੀ ਉਹਦਾ ਰੈਫਰੈਂਸ ਦੇਖ ਕੇ ਮੈਂ ਤੁਹਾਨੂੰ ਇੱਥੇ ਦੱਸਾਂਗਾ। ਦੇਖੋ, ਇੱਕ ਕਮਿਸ਼ਨ ਫੋਰ ਐਗਰੀਕਲਚਰ ਕੋਸਟ ਐਂਡ ਪ੍ਰਾਈਸਿਸ, ਡਿਪਾਰਟਮੈਂਟ ਆਫ ਐਗਰੀਕਲਚਰ, ਕੋਆਪਰੇਸ਼ਨ ਆਫ ਫਾਰਮਰਸ ਐਂਡ ਵੈਲਫੇਅਰ, ਮਨਿਸਟਰੀ ਆਫ ਐਗਰੀਕਲਚਰ ਐਂਡ ਫਾਰਮਰਸ ਵੈਲਫੇਅਰ, ਗਵਰਨਮੈਂਟ ਆਫ ਇੰਡੀਆ, ਨਿਊ ਦਿੱਲੀ ਵੱਲੋਂ ਇਹ ਜਿਹੜੀ ਹੈਗੀ ਹੈ ਬੁੱਕ ਪਬਲਿਸ਼ ਕੀਤੀ ਗਈ ਹੈ, ਜਿਹਦੇ ਵਿੱਚ ਜੋ ਅਸੀਂ ਫਸਲ ਅਪ੍ਰੈਲ ਮਈ ਦੇ ਵਿੱਚ ਪਹਿਲਾਂ ਹੀ ਵੇਚ ਚੁੱਕੇ ਹਾਂ ਉਹਦੇ ਰੇਟਸ ਕਿਸ ਤਰੀਕੇ ਨਾਲ ਦਿੱਤੇ ਗਏ ਸੀਗੇ ਉਹਦੇ ਬਾਰੇ ਗੱਲਬਾਤ ਕੀਤੀ ਗਈ ਹੈ। ਹੁਣ ਤੁਸੀਂ ਇੱਥੇ ਦੇਖੋਗੇ ਕਿ ਇਹਦੇ ਵਿੱਚ ਅਲੱਗ ਅਲੱਗ ਚੀਜ਼ਾਂ ਦੇ ਜਿਹੜੇ ਭਾਅ ਹੈਗੇ ਹੈ ਉਹਨੂੰ ਨਿਰਧਾਰਿਤ ਕਰਨ ਵਾਸਤੇ ਇਹਨਾਂ ਨੇ ਤਿੰਨ ਚੀਜ਼ਾਂ ਕਾਊਂਟ ਕੀਤੀਆਂ, A2 ਪਲੱਸ FL ਅਤੇ C2। ਜੇਕਰ ਤੁਸੀਂ ਇਹ ਪੂਰੀ ਰਿਪੋਰਟ, ਲਗਭਗ 150 ਪੰਨੇ ਦੀ ਰਿਪੋਰਟ ਤੁਸੀਂ ਇਹ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਸਟੇਟ ਵਾਈਜ਼ ਕਿੰਨਾ ਡੀਪਲੀ ਜਾ ਕੇ ਇੱਕ ਇੱਕ ਖਰਚਾ ਜਿਹੜਾ ਹੈਗਾ ਇਹਨਾਂ ਨੇ ਕਾਊਂਟ ਕੀਤਾ। ਖਾਦ, ਬੀਜ, ਦਵਾਈਆਂ, ਪਾਣੀ, ਕਿਸਾਨ ਦੇ ਫੈਮਿਲੀ ਦੀ ਲੇਬਰ, ਇੱਕ ਇੱਕ ਚੀਜ਼ ਜਿਹੜੀ ਕਿ ਕਿਸਾਨ ਨਹੀਂ ਕਰਦਾ ਕਾਊਂਟ, ਉਹ ਇਹਨਾਂ ਨੇ ਕੀਤੀ ਹੈ। A2 ਦਾ ਮਤਲਬ ਹੈਗਾ ਹੈ ਕਿ ਜੋ ਵੀ ਖੇਤੀ ਦੇ ਉੱਪਰ ਖਰਚੇ ਆਉਣੇ ਹੈ ਬੀਜਣ ਤੋਂ ਲੈ ਕੇ ਵੱਢਣ ਤੱਕ, ਚਾਹੇ ਉਹ ਖਾਦ ਹੈ, ਚਾਹੇ ਉਹ ਬੀਜ ਹੈ, ਚਾਹੇ ਉਹ ਦਵਾਈ ਹੈ, ਚਾਹੇ ਉਹ ਪਾਣੀ ਹੈ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ। A2 ਪਲੱਸ FL ਦੇ ਵਿੱਚ ਕੀ ਹੈ ਕਿ ਜਿਹੜੇ ਪਹਿਲਾਂ ਖਰਚੇ ਆਏ ਹੈ ਉਹਦੇ ਨਾਲ ਕਿਸਾਨ ਅਤੇ ਕਿਸਾਨ ਦੇ ਪਰਿਵਾਰ ਦੁਆਰਾ ਕੀਤੀ ਗਈ ਮਿਹਨਤ ਉਹ ਵੀ ਸ਼ਾਮਿਲ ਕੀਤੀ ਗਈ ਹੈ। C2 ਕੀ ਹੈ? C2 ਹੈਗੀ ਜ਼ਮੀਨ ਦਾ ਠੇਕਾ, ਜ਼ਮੀਨ ਦਾ ਕਿਰਾਇਆ, ਜਿਹੜੀ ਤੁਸੀਂ ਜ਼ਮੀਨ ਖਰੀਦੀ ਹੈ ਉਸ ਪੈਸੇ ਦਾ ਵਿਆਜ। ਤਾਂ ਇਹਦੇ ਵਿੱਚ ਇਹ ਪ੍ਰਤੀ ਕੁਇੰਟਲ ਖਰਚੇ ਦਿਖਾਏ ਗਏ ਹੈ। ਜੇਕਰ ਤੁਸੀਂ ਸਭ ਤੋਂ ਪਹਿਲਾਂ ਕਣਕ ਦੀ ਗੱਲ ਕਰੋਗੇ ਤਾਂ ਕਣਕ ਦੇ ਉੱਪਰ ਜੋ ਸਾਰੇ ਖਰਚੇ ਆਉਂਦੇ ਹੈ ਵਾਹੁਣ, ਬੀਜਣ, ਵੱਢਣ ਤੱਕ, ਪਾਣੀ ਲਾਉਣ, ਦਵਾਈਆਂ ਛਿੜਕਣ ਤੱਕ 673 ਰੁਪਏ ਪ੍ਰਤੀ ਕੁਇੰਟਲ ਇਹਨਾਂ ਦੇ ਅਨੁਸਾਰ ਆਉਂਦਾ ਹੈ। ਅਤੇ ਜੇਕਰ ਕਿਸਾਨ ਦੇ ਪਰਿਵਾਰ ਦੀ ਆਮਦਨ ਸ਼ਾਮਿਲ ਕਰ ਲਈ ਜਾਵੇ ਤਾਂ ਉਹ 866 ਰੁਪਏ ਆਉਂਦਾ ਹੈ। ਹੁਣ ਇੱਥੇ ਇੱਕ ਚੀਜ਼ ਦੇਖੋ ਕਿ ਇਹਨਾਂ ਨੇ ਨਾਲ ਇਹ ਦੱਸਿਆ ਕਿ 1339 ਰੁਪਏ ਪ੍ਰਤੀ ਕੁਇੰਟਲ ਜ਼ਮੀਨ ਦਾ ਕਿਰਾਇਆ ਵੀ ਇਹਦੇ ਵਿੱਚ ਆਉਂਦਾ ਹੈ ਜਿਹੜਾ ਕਿਸਾਨ ਠੇਕੇ 'ਤੇ ਲੈਂਦਾ ਨਾ। ਹੁਣ ਜੇਕਰ ਤੁਸੀਂ ਮੰਨ ਲਓ ਕਿ 30,000 ਨੂੰ ਜ਼ਮੀਨ ਠੇਕੇ 'ਤੇ ਲਈ ਹੈ, 30,000 ਮਤਲਬ ਕਿ ਇੱਕ ਫਸਲ ਵਾਸਤੇ, ਦੋ ਫਸਲਾਂ ਵਾਸਤੇ 60,000 ਨੂੰ, ਅਤੇ ਉਸ ਨੂੰ ਤੁਸੀਂ ਆਪਣਾ 22 ਕੁਇੰਟਲ ਐਵਰੇਜ ਨਿਕਲਦੀ ਹੈ ਕਣਕ ਦੀ, ਤਾਂ 22 ਕੁਇੰਟਲ ਦੇ ਨਾਲ ਭਾਗ ਦਿਓਗੇ ਤਾਂ ਇਹ ਕੀ ਆਉਂਦਾ, 1363, ਮਤਲਬ ਕਿ 1339 ਦੇ ਲਗਭਗ, ਅਗੇ ਪ੍ਰਤੀ ਕੁਇੰਟਲ 1339 ਰੁਪਈਏ ਜ਼ਮੀਨ ਦਾ ਜਿਹੜਾ ਰੈਂਟ ਹੈਗਾ, ਕਿਰਾਇਆ, ਉਹ ਖਰਚਾ ਸਾਡਾ ਆਉਂਦਾ ਹੈ। ਇਸੇ ਤਰੀਕੇ ਨਾਲ ਜਿਉਵੇਂ ਤੇ ਜ਼ਮੀਨ ਦਾ ਖਰਚਾ 1247 ਰੁਪਈਏ, ਛੋਲਿਆਂ 'ਤੇ 3838, ਮਸਰਾਂ 'ਤੇ 4215, ਸਰੋਂ 'ਤੇ 3277, ਅਲਸੀ 'ਤੇ 4072, ਅਤੇ ਬਾਕੀ ਜਿਹੜੇ ਮੁੱਖ ਖਰਚੇ ਹੈ ਫਸਲ 'ਤੇ ਹੋਣ ਵਾਲੇ ਖਰਚੇ ਅਤੇ ਕਿਸਾਨ ਦੇ ਪਰਿਵਾਰ ਦੁਆਰਾ ਕੀਤੇ ਜਾਣ ਵਾਲੇ ਖਰਚੇ ਉਹ ਹੈਗੇ ਹੈ, ਮਤਲਬ ਕਿ ਕਿਸਾਨ ਦੇ ਪਰਿਵਾਰ ਦੀ ਲੇਬਰ, ਉਹ ਹੈਗੇ ਹੈ ਕਣਕ 'ਤੇ 866, ਜਿਉਵਾਂ 'ਤੇ 860 ਰੁਪਏ ਪ੍ਰਤੀ ਕੁਇੰਟਲ, ਛੋਲਿਆਂ 'ਤੇ 2637 ਰੁਪਏ ਪ੍ਰਤੀ ਕੁਇੰਟਲ, ਮਸਰ 'ਤੇ 2532 ਰੁਪਏ ਪ੍ਰਤੀ ਕੁਇੰਟਲ, ਸਰੋਂ 'ਤੇ 2212 ਰੁਪਏ ਪ੍ਰਤੀ ਕੁਇੰਟਲ,
ਅਲਸੀ ਤੇ 3234 ਰੁਪਏ ਪ੍ਰਤੀ ਕੁਇੰਟਲ। ਹੁਣ ਜੇਕਰ ਤੁਸੀਂ ਇਹ ਦੋ ਚੀਜ਼ਾਂ ਮਿਲਾਓ ਕਿ ਫਸਲ 'ਤੇ ਹੋਣ ਵਾਲੇ ਖਰਚੇ ਅਤੇ ਕਿਸਾਨ ਦੇ ਪਰਿਵਾਰ ਦੀ ਲੇਬਰ ਦੋਵਾਂ ਨੂੰ ਮਿਲਾਈਏ ਜੇ ਆਪਾਂ ਤਾਂ 866 ਰੁਪਈਏ ਪਲੱਸ 1399 ਰੁਪਈਏ, ਤਾਂ ਇੱਥੇ ਮੈਂ ਲਿਖਦਾ 866 ਜੋੜ 1399। ਮਤਲਬ ਇਹਨਾਂ ਦੇ ਅਨੁਸਾਰ ਇੱਕ ਕੁਇੰਟਲ ਕਣਕ ਪੈਦਾ ਕਰਨ 'ਤੇ ਖਰਚਾ ਆਉਂਦਾ 2205 ਰੁਪਈਏ। ਇਹ ਪਿਛਲੇ ਸਾਲ ਦੀ ਗੱਲ ਹੈ, ਤਾਂ ਪਿਛਲੇ ਸਾਲ ਮਿਲਿਆ ਕਿੰਨਾ ਸੀਗਾ 1840 ਰੁਪਈਏ ਪ੍ਰਤੀ ਕੁਇੰਟਲ। ਤਾਂ ਭਾਰਤ ਸਰਕਾਰ ਦੀ ਰਿਪੋਰਟ ਕਹਿ ਰਹੀ ਹੈ ਕਿ ਪ੍ਰਤੀ ਕੁਇੰਟਲ 2205 ਰੁਪਈਏ ਖਰਚਾ ਤੁਹਾਡਾ ਆਉਂਦਾ ਹੈਗਾ ਕਣਕ 'ਤੇ, ਜਿਉਵਾਂ 'ਤੇ 2107 ਰੁਪਈਏ ਪ੍ਰਤੀ ਕੁਇੰਟਲ, ਛੋਲਿਆਂ 'ਤੇ 6475 ਰੁਪਈਏ ਪ੍ਰਤੀ ਕੁਇੰਟਲ, ਮਸਰਾਂ 'ਤੇ 6647 ਰੁਪਈਏ ਪ੍ਰਤੀ ਕੁਇੰਟਲ, ਅਤੇ ਜਿਹੜਾ ਤੁਹਾਡਾ ਹੈਗੀ ਹੈ ਸਰ੍ਹੋਂ 'ਤੇ 5484 ਜਾਂ 99 ਰੁਪਈਏ ਪ੍ਰਤੀ ਕੁਇੰਟਲ। ਅਤੇ 2205 ਰੁਪਈਏ ਪ੍ਰਤੀ ਕੁਇੰਟਲ ਦੇ ਅਗੇਂਸਟ ਤੁਹਾਨੂੰ ਕਿੰਨਾ ਮਿਲਿਆ ਸੀ 1840 ਰੁਪਈਏ ਪ੍ਰਤੀ ਕੁਇੰਟਲ। ਹੁਣ ਸਰਕਾਰ ਇਹ ਕਹਿੰਦੀ ਹੈ ਕਿ ਤੁਹਾਡਾ 866 ਰੁਪਈਏ ਪ੍ਰਤੀ ਕੁਇੰਟਲ ਖਰਚਾ ਆਇਆ, ਜਿਹਦੇ ਵਿੱਚ ਸਾਰੇ ਖਰਚੇ ਉਹਨਾਂ ਨੇ ਜੋੜੇ ਹੈ। ਹੁਣ ਆਪਾਂ 866 ਗੁਣਾ, ਕਿਉਂਕਿ ਪਿਛਲੀ ਵੀਡੀਓ 'ਚ ਮੈਂ 24 ਕੁਇੰਟਲ ਕਿਹਾ ਸੀ, 24 ਕਰੋਗੇ ਤਾਂ ਕਿੰਨਾ ਖਰਚਾ ਆ ਗਿਆ 20784 ਰੁਪਈਏ। ਭਾਰਤ ਸਰਕਾਰ ਇਹ ਮੰਨਦੀ ਹੈ ਕਿ ਕਿਸਾਨ ਦਾ ਇੱਕ ਕਿੱਲਾ ਕਣਕ ਦੇ ਉੱਤੇ ਖਰਚਾ 20784 ਰੁਪਈਏ ਆਉਂਦਾ, ਜਿਹਦੇ ਵਿੱਚ ਉਹਨੇ ਜ਼ਮੀਨ ਦਾ ਕਿਰਾਇਆ ਨਹੀਂ ਸ਼ਾਮਿਲ ਕੀਤਾ। ਤਾਂ ਜੋ ਚੀਜ਼ ਸਰਕਾਰ ਮੰਨ ਰਹੀ ਹੈ ਅਸੀਂ ਉਸ ਤੋਂ ਬਾਅਦ ਕਿਵੇਂ ਹੋ ਸਕਦੇ ਹਾਂ? ਹੁਣ ਸਰਕਾਰ ਕਹਿੰਦੀ ਕਿ ਅਸੀਂ ਤੁਹਾਨੂੰ 1840 ਰੁਪਈਏ ਦੇਤਾ, ਇਹਨੂੰ ਭਾਗ ਕਰੋ 866 ਦੇ ਉੱਪਰ, ਗੁਣਾ ਕਰੋ 100, ਮਤਲਬ ਕਿ ਜੋ ਸਾਡੀ ਟੋਟਲ ਲਾਗਤ ਲੱਗੀ ਹੈ ਉਹਦਾ 212 ਪ੍ਰਤੀਸ਼ਤ ਰੇਟ ਵੱਧ ਦੇਤਾ। ਹੁਣ ਜਿਉਵਾਂ ਦੇ ਵਿੱਚ ਤੁਹਾਡੇ ਖਰਚੇ ਸੀਗੇ 860 ਰੁਪਈਏ, ਦੇਤਾ 167 ਪ੍ਰਤੀਸ਼ਤ, ਛੋਲਿਆਂ ਦੇ ਵਿੱਚ ਤੁਹਾਡੇ ਖਰਚੇ ਸੀਗੇ 2637, ਦੇਤਾ ਤੁਹਾਨੂੰ 4620, ਪਿਛਲੇ ਸਾਲ ਦੇ ਰੇਟ ਹੈਗੇ ਆ, ਇਸ ਸਾਲ ਦੇ ਨਹੀਂ, 175%, ਮਸਰ 177 ਪ੍ਰਤੀਸ਼ਤ, ਸਰ੍ਹੋਂ 190 ਪ੍ਰਤੀਸ਼ਤ, ਅਲਸੀ 150 ਪ੍ਰਤੀਸ਼ਤ। ਪਰੰਤੂ ਦੋਸਤੋ ਇੱਥੇ ਇੱਕ ਚੀਜ਼ ਗਾਇਬ ਹੋ ਗਈ, ਇੱਥੇ ਜਿਹੜਾ C2 ਸੀਗਾ, C2 ਦਾ ਕੋਲਮ ਹੀ ਨਹੀਂ ਬਣਾਇਆ ਅਗਲਿਆਂ ਨੇ, C2 ਇਹਦੇ ਵਿੱਚੋਂ ਗਾਇਬ ਹੋ ਗਈ। ਹੁਣ ਇਹੀ C2 ਸਵਾਮੀਨਾਥਨ ਹੈ। ਕਹਿਣ ਦਾ ਮਤਲਬ ਇਹ ਕਿ ਜਿਸ ਰੇਟ 'ਤੇ ਤੁਸੀਂ ਕਣਕ ਝੋਨਾ ਵੇਚ ਰਹੇ ਹੋ ਉਸ ਰੇਟ ਦੇ ਵਿੱਚ ਸਰਕਾਰ ਨੇ ਤਾਂ ਜ਼ਮੀਨ ਦਾ ਠੇਕਾ ਵਿੱਚ ਪਾਇਆ ਹੀ ਨਹੀਂ, ਸਰਕਾਰ ਤਾਂ ਤੁਹਾਡੇ ਖਰਚੇ ਹੀ ਪੂਰੇ ਕਰ ਰਹੀ ਹੈ, ਖਰਚੇ ਤੋਂ ਹੀ ਉੱਪਰ ਤੁਹਾਨੂੰ ਜਿਹੜਾ ਹੈਗਾ ਵੱਧ ਪੈਸਾ ਦੇ ਰਹੀ ਹੈ, C2 ਸ਼ਾਮਿਲ ਨਹੀਂ ਕੀਤਾ ਗਿਆ। ਅਤੇ ਇਸ C2 ਦੇ ਵਿੱਚ ਸ਼ਾਮਿਲ ਹੁੰਦੇ ਹੈ ਸਾਡੇ ਸਵਾਮੀਨਾਥਨ ਜੀ। ਸਵਾਮੀਨਾਥਨ ਰਿਪੋਰਟ ਜਿਸ ਦੀ ਅਸੀਂ ਮੰਗ ਕਰ ਰਹੇ ਹਾਂ, ਜਿਸ ਦੀ ਸਾਡੀਆਂ ਕਿਸਾਨ ਯੂਨੀਅਨ ਮੰਗ ਕਰ ਰਹੀਆਂ, ਉਹ ਇਹ ਕਹਿ ਰਹੀਆਂ ਕਿ ਕਿਸਾਨ, ਬਹੁਤੇ ਕਿਸਾਨ ਸਾਡੇ ਜ਼ਮੀਨ ਠੇਕੇ 'ਤੇ ਲੈਂਦੇ ਹੈ, ਅਤੇ ਜ਼ਮੀਨ ਦਾ ਠੇਕਾ ਵੀ ਇਹਦੇ ਵਿੱਚ ਸ਼ਾਮਿਲ ਕੀਤਾ ਜਾਵੇ, ਜਿਹੜਾ ਕਿ ਸਵਾਮੀਨਾਥਨ ਰਿਪੋਰਟ ਦੇ ਅਨੁਸਾਰ C2 ਜਿਸ ਨੂੰ ਮੰਨਿਆ ਗਿਆ ਹੈ। ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਦੋਂ ਸਰਕਾਰ ਖੁਦ ਜ਼ਮੀਨ ਦਾ ਠੇਕਾ ਰੇਟ ਦੇ ਵਿੱਚ ਪਾ ਕੇ ਨਹੀਂ ਦੇ ਰਹੀ, ਤਾਂ ਫਿਰ 60,000 ਰੁਪਈਆ ਕਿੱਲੇ 'ਤੇ ਠੇਕਾ ਲੈਣ ਵਾਲੇ ਨੂੰ ਪੈਸਾ ਕਿਵੇਂ ਬਚ ਜਾਂਦਾ ਹੈ? ਇਹ ਭਾਰਤ ਸਰਕਾਰ ਦੇ ਅੰਕੜੇ ਆ, ਸਰਕਾਰ ਦੇ ਅੰਕੜੇ ਕਦੇ ਗਲਤ ਨਹੀਂ ਹੁੰਦੇ, ਘੱਟੋ ਘੱਟ ਇਸ ਤਰ੍ਹਾਂ ਦੇ ਅੰਕੜੇ। ਇਹ ਭੋਰਾ ਥੋੜ੍ਹਾ ਖਰਚਾ ਵੱਧ ਤਾਂ ਹੋ ਸਕਦਾ, ਲੇਕਿਨ ਇਸ ਤੋਂ ਘੱਟ ਨਹੀਂ ਹੋ ਸਕਦਾ। ਤਾਂ ਦੋਸਤੋ ਇੱਥੇ ਇੱਕ ਦਿੱਕਤ ਹੋਰ ਵੀ ਹੈ, ਜਿਹੜਾ ਕਿਸਾਨ ਜ਼ਮੀਨ ਠੇਕੇ 'ਤੇ ਦਿੰਦਾ ਜਾਂ ਆਪਦੇ ਖੇਚਵਾਈ ਕਰਦਾ, ਤਾਂ ਉਹਦੀ ਦਿੱਕਤ ਇਹ ਹੈ ਕਿ 16,20,000 ਦਾ ਕਿੱਲਾ ਹੈ ਅਤੇ ਠੇਕਾ ਤਾਂ ਉਹਨੂੰ ਇੰਨਾ ਘੱਟ ਮਿਲਦਾ ਹੈ, ਉਸ ਤੋਂ ਕਿਤੇ ਵੱਧ ਉਹਨੂੰ ਵਿਆਜ ਮਿਲ ਸਕਦਾ ਹੈ। ਹਾਂ, ਆਪਾਂ ਇੱਥੇ ਕਹਿ ਸਕਦੇ ਹਾਂ ਕਿ ਜਿਹੜੀ ਜ਼ਮੀਨ ਹੈਗੀ ਆ ਉਹ ਇੱਕ ਐਸੈਟ ਹੁੰਦੀ ਹੈ ਜਿਹਦਾ ਕਿ ਰੇਟ ਲਗਾਤਾਰ ਵੱਧਦਾ ਹੈ, ਪਰੰਤੂ ਪਿਛਲੇ ਕੁਝ ਸਾਲਾਂ ਤੋਂ ਉਲਟਾ ਹੀ ਹੋ ਰਿਹਾ ਹੈ। ਲੋਕਾਂ ਨੇ 30,00,000 ਦਾ ਕਿੱਲਾ ਖਰੀਦਿਆ ਸੀ, 20,00,000 ਦਾ ਰਹਿ ਗਿਆ, 18,00,000 ਦਾ ਰਹਿ ਗਿਆ, 16,00,000 ਦਾ ਰਹਿ ਗਿਆ। ਮਤਲਬ ਇਹ ਕਿ ਠੇਕੇ 'ਤੇ ਲੈਣ ਵਾਲੇ ਦਾ ਵੀ ਘਰ ਨਹੀਂ ਪੂਰਾ ਹੁੰਦਾ, ਠੇਕੇ 'ਤੇ ਦੇਣ ਵਾਲੇ ਦਾ ਵੀ ਘਰ ਨਹੀਂ ਪੂਰਾ ਹੁੰਦਾ। ਜਿਹੜਾ ਆਪਦੀ ਵਾਹੀ ਕਰਦਾ ਹੈ ਉਹਨੂੰ ਜ਼ਮੀਨ ਦਾ ਵਿਆਜ ਕਈ ਗੁਣਾ ਜ਼ਿਆਦਾ ਬਣ ਸਕਦਾ ਹੈ, ਪਰੰਤੂ ਕਿਉਂਕਿ ਜ਼ਮੀਨ ਇੱਕ ਐਸੈਟ ਹੈ, ਇਸ ਕਰਕੇ ਐਸੈਟ ਦੀ ਰੇਟ ਕਦੇ ਨਾ ਕਦੇ ਇਹ ਸਾਡੀ ਫਿਊਚਰ ਦੀ ਇਨਵੈਸਟਮੈਂਟ ਹੁੰਦਾ ਇਹ। ਤਾਂ ਇੱਥੇ ਦੋਵੇਂ ਧਿਰਾਂ ਨੂੰ ਖੁਸ਼ ਹੋਣ ਵਾਸਤੇ ਫਿਰ C2 ਫਾਰਮੂਲਾ ਜਿਹੜਾ ਹੈਗਾ ਇਹਦੇ ਵਿੱਚ ਐਡ ਹੋਣਾ ਚਾਹੀਦਾ ਹੈ, ਮਤਲਬ ਕਿ ਜ਼ਮੀਨ ਦਾ ਕਿਰਾਇਆ ਰੇਟ ਦੇ ਵਿੱਚ ਐਡ ਹੋਣਾ ਚਾਹੀਦਾ ਸੀ, ਫਿਰ ਦੋਵਾਂ ਦਾ ਘਰ ਪੂਰਾ ਹੋਣਾ ਸੀਗਾ। ਤਾਂ C2 ਦੇ ਨਾਲ ਜੇਕਰ 2205 ਰੁਪਈਏ ਕਣਕ ਦੇ ਉੱਪਰ ਸਾਡਾ ਖਰਚਾ ਆ ਰਿਹਾ ਤਾਂ ਸਾਡਾ ਰੇਟ ਉਸ ਤੋਂ ਉੱਪਰ 50% ਪ੍ਰੋਫਿਟ
ਉਹਦੇ ਵਿੱਚ ਪਾ ਕੇ ਤਾਂ ਫਿਰ ਉਹ ਰੇਟ ਬਣਨਾ ਚਾਹੀਦਾ ਹੈ। ਜੇ ਸਰਕਾਰ ਡਬਲ ਕਰਕੇ ਕਰਨਾ ਚਾਹੁੰਦੀ ਹੈ ਤਾਂ ਡਬਲ ਹੋਣ ਵਾਸਤੇ ਤੁਸੀਂ ਆਪਣੇ ਆਪ ਲਗਾ ਸਕਦੇ ਹੋ ਕਿ ਰੇਟ ਕਿੱਥੇ ਜਾਣਾ ਚਾਹੀਦਾ ਹੈ। ਜੇ ਉਹ ਰੇਟ ਹੋਣਗੇ ਤਾਂ ਹੀ ਸਾਰਿਆਂ ਦਾ ਘਰ ਪੂਰਾ ਹੋਏਗਾ, ਨਹੀਂ ਤਾਂ ਓਨੀ ਦੇ ਠੇਕੇ 'ਤੇ ਜ਼ਮੀਨ ਦੇਣ ਵਾਲਾ ਵੀ ਤੰਗ ਅਤੇ ਲੈਣ ਵਾਲਾ ਵੀ ਤੰਗ। ਧੰਨਵਾਦ ਦੋਸਤੋ, ਮਿਹਰਬਾਨੀ ਦੋਸਤੋ, ਉਮੀਦ ਹੈ ਕਿ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਤ ਹੋਏਗੀ। ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਮੈਂ ਇਹ ਨਹੀਂ ਕਹਿੰਦਾ ਕਿ ਠੇਕੇ 'ਤੇ ਜ਼ਮੀਨਾਂ ਨਾ ਲਵੋ, ਜ਼ਮੀਨ ਲਵੋ, ਸੰਭਲ ਕੇ ਲਓ, ਆਪਣਾ ਸਾਰਾ ਹਿਸਾਬ ਕਿਤਾਬ ਲਾ ਕੇ ਜ਼ਮੀਨਾਂ ਲਵੋ ਅਤੇ ਨਾਲ ਜੋ ਭਾਰਤ ਸਰਕਾਰ ਖਰਚੇ ਗਿਣਾ ਰਹੀ ਹੈ ਉਹਨਾਂ ਨੂੰ ਵੀ ਧਿਆਨ 'ਚ ਰੱਖਿਓ। ਮਿਹਰਬਾਨੀ ਦੋਸਤੋ।